ਹੈਲੋ ਐਵਰੀਵਨ, ਤਾਂ ਫਸਟ ਆਫ ਆਲ ਕੰਗ੍ਰੈਚੁਲੇਸ਼ਨਸ ਉਹਨਾਂ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਦਾ ਅੱਜ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਬਹੁਤ ਅੱਛੇ ਮਾਰਕਸ ਦੇ ਨਾਲ ਕੀ ਹੋਇਆ ਹੈਗਾ, ਕੁਆਲੀਫਾਈ ਹੋਇਆ ਹੈਗਾ। ਤਾਂ ਫਸਟ ਸਟੇਜ ਤਾਂ ਆਪਾਂ ਨੇ ਜੰਗ ਹੈ ਜਿਹੜੀ ਜਿੱਤ ਲਈ ਹੈਗੀ ਹੈ, ਹੁਣ ਵਾਰੀ ਆਉਂਦੀ ਹੈਗੀ ਆਪਣੀ ਸੈਕਿੰਡ ਸਟੇਜ ਮਤਲਬ ਟਾਈਪਿੰਗ ਦੀ, ਠੀਕ ਹੈ ਜੀ। ਤਾਂ ਆਪਾਂ ਨੇ ਓਬਵੀਅਸਲੀ ਉਹ ਵੀ ਸਟੇਜ ਕੀ ਕਰਨੀ ਹੈਗੀ ਹੈ, ਕੁਆਲੀਫਾਈ ਕਰਨੀ ਹੈਗੀ ਹੈ। ਤਾਂ ਅੱਜ ਦੀ ਆਪਣੀ ਵੀਡੀਓ ਦਾ ਪਰਪਸ ਉਹੀ ਸੈਕਿੰਡ ਸਟੇਜ ਮਤਲਬ ਟਾਈਪਿੰਗ ਦੇ ਬਾਰੇ ਕੁਛ ਇੰਪੋਰਟੈਂਟ ਚੀਜ਼ਾਂ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਹੈ ਜਿਹੜਾ ਕਰਾਂਗੇ, ਠੀਕ ਹੈ ਜੀ। ਤਾਂ ਪਹਿਲਾਂ ਥੋੜ੍ਹਾ ਟਾਈਪਿੰਗ ਬਾਰੇ ਜਾਣ ਲੈਂਦੇ ਹੈਗੇ। ਆਪਾਂ ਨੂੰ ਪਤਾ ਹੈਗਾ ਕਿ ਦੋ ਲੈਂਗੁਏਜ ਦੇ ਵਿੱਚ ਆਪਣਾ ਜਿਹੜਾ ਟਾਈਪਿੰਗ ਟੈਸਟ ਆ ਉਹ ਹੋਣਾ ਹੈਗਾ। ਇੱਕ ਆਪਣਾ ਪੰਜਾਬੀ ਹੋ ਗਿਆ ਐਂਡ ਸੈਕਿੰਡ ਵਨ ਇੰਗਲਿਸ਼ ਹੋ ਗਿਆ। ਦੋਨਾਂ ਦੇ ਲਈ ਜਿਹੜੀ ਵਰਡ ਲਿਮਿਟ ਹੈਗੀ ਹੈ 30 ਵਰਡ ਪਰ ਮਿਨਟ ਹੈਗੀ ਹੈ, ਠੀਕ ਹੈ ਜੀ। ਤਾਂ ਪਹਿਲਾਂ ਜਿਹੜਾ ਪੇਪਰ ਹੁੰਦਾ ਹੈਗਾ ਉਹ ਪੰਜਾਬੀ ਦਾ ਹੁੰਦਾ, ਆਫਟਰ ਦੈਟ ਫਿਰ ਇੰਗਲਿਸ਼ ਦਾ ਹੁੰਦਾ, ਜਿਵੇਂ PEET+ ਵੀ ਅਦਰ ਐਗਜ਼ਾਮ ਦੇ ਵਿੱਚ ਕੰਡਕਟ ਹੈ ਜਿਹੜਾ ਕਰਦਾ ਹੈਗਾ, ਠੀਕ ਹੈ। ਇੰਸਟਰਕਸ਼ਨਸ ਫਿਲਹਾਲ ਟਾਈਪਿੰਗ ਲਈ ਕੋਈ ਵੀ ਨਹੀਂ ਆਈਆਂ ਹੈਗੀਆਂ, ਉਹ ਜਿੱਦਾਂ ਹੀ ਆਉਣਗੀਆਂ ਅਸੀਂ ਤੁਹਾਨੂੰ ਕੀ ਕਰਾਂਗੇ, ਨੋਟੀਫਾਈ ਜ਼ਰੂਰ ਕਰਾਂਗੇ। ਤਾਂ ਹੁਣ ਗੱਲ ਆਉਂਦੀ ਹੈ ਕਿ ਜਦੋਂ ਆਪਾਂ ਨੇ ਟਾਈਪਿੰਗ ਦੀ ਤਿਆਰੀ ਕਰਨੀ ਹੈਗੀ ਹੈ ਤਾਂ ਆਪਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਕੀ ਰੱਖਣਾ ਹੈਗਾ, ਧਿਆਨ ਹੈ ਜਿਹੜਾ ਰੱਖਣਾ ਹੈਗਾ, ਠੀਕ ਹੈ ਜੀ। ਤਾਂ ਕਾਫੀ ਸਾਰੇ ਸਟੂਡੈਂਟਸ ਦੇ ਐਟ ਪ੍ਰੈਜੈਂਟ ਡਾਊਟ ਹੈਗੇ ਨੇ ਕਿ ਮੇਰੀ ਸਪੀਡ ਕਦੇ ਤਾਂ 30 ਹੋ ਜਾਂਦੀ ਹੈਗੀ ਹੈ, 30 ਤੋਂ ਨੀਚੇ ਹੈਗੀ ਹੈ, ਕਈ ਵਾਰ 30 ਤੋਂ ਵੱਧ ਜਾਂਦੀ ਹੈਗੀ ਹੈ, ਜਾਂ ਵੇਰੀਏਬਲ ਹੁੰਦੀ ਰਹਿੰਦੀ ਹੈ। ਤਾਂ ਤੁਹਾਡੇ ਸਾਰੇ ਕੁਐਸਚਨਸ ਦਾ ਜਿਹੜਾ ਡਾਊਟ ਹੈਗਾ ਇਸ ਵੀਡੀਓ ਦੇ ਵਿੱਚ ਅੱਜ ਕਲੀਅਰ ਹੈ, ਉਹ ਹੋ ਜਾਏਗਾ। ਤਾਂ ਦੇਖੋ ਗੱਲ ਪ੍ਰੈਕਟਿਸ 'ਤੇ ਹੀ ਹੁੰਦੀ ਹੈਗੀ ਹੈ। ਟਾਈਪਿੰਗ ਦੀ ਸਪੀਡ ਚਾਹੇ ਤੁਹਾਡੀ ਨੀਚੇ ਆ ਰਹੀ ਹੈ 30 ਤੋਂ, ਜਾਂ 30 ਦੇ ਉੱਪਰ ਆ ਰਹੀ ਹੈ, 30 ਤੋਂ ਵੱਧ ਨਹੀਂ ਰਹੀ ਹੈਗੀ ਹੈ, ਕਈ ਵਾਰ ਉੱਪਰ ਨੀਚੇ ਹੋ ਜਾਂਦੀ ਹੈ, ਤਾਂ ਸਾਰੀਆਂ ਚੀਜ਼ਾਂ ਦਾ ਸਲਿਊਸ਼ਨ ਪ੍ਰੈਕਟਿਸ ਹੀ ਹੈ। ਆਪਾਂ ਨੂੰ ਪ੍ਰੈਕਟਿਸ ਦੇ ਨਾਲ ਹੀ ਇਸ ਫੇਸ ਨੂੰ ਕੁਆਲੀਫਾਈ ਹੈ ਜਿਹੜਾ ਉਹ ਕਰਨਾ ਪਏਗਾ। ਤਾਂ ਹੁਣ ਪ੍ਰੈਕਟਿਸ ਕਿੱਦਾਂ ਕਰਨੀ ਹੈਗੀ ਹੈ ਇਹ ਵੀ ਆਪਾਂ ਸਮਝਦੇ ਹੈਗੇ ਹਾਂ। ਤਾਂ ਹੁਣ ਦੇਖੋ ਫਸਟ ਆਫ ਆਲ ਤੁਸੀਂ ਕੀ ਕਰਨਾ ਹੈਗਾ, ਜਿਹੜਾ ਵੀ ਤੁਸੀਂ ਪੈਰਾਗ੍ਰਾਫ ਪ੍ਰੈਕਟਿਸ ਕਰੋਗੇ ਤਾਂ ਉਹ ਤੁਸੀਂ ਕਰੰਟ ਦੇ ਵਿੱਚੋਂ ਕਰਨਾ ਹੈਗਾ। ਮਤਲਬ ਤੁਸੀਂ ਨਿਊਜ਼ਪੇਪਰ ਦੇ ਵਿੱਚੋਂ ਵਰਡ ਦੇ ਵਿੱਚ ਟਾਈਪਿੰਗ ਪ੍ਰੈਕਟਿਸ ਕਰਨੀ ਹੈਗੀ ਹੈ। ਮਤਲਬ ਆਪਣੇ ਦਿਨ ਦੇ ਵਿੱਚ 3 ਤੋਂ 4 ਘੰਟੇ ਤੁਸੀਂ ਵਰਡ ਦੇ ਵਿੱਚ MS ਵਰਡ ਦੇ ਵਿੱਚ ਪ੍ਰੈਕਟਿਸ ਕਰਨੀ ਹੈਗੀ ਹੈ। ਪੰਜਾਬੀ ਦੇ ਜਿਹੜੇ ਕਰੰਟ ਸਿਨੈਰੀਓ ਚੱਲ ਰਹੇ ਹੈਗੇ ਨੇ, ਕਰੰਟ ਅਫੇਅਰਸ ਦਾ, ਵੱਡੇ ਵੱਡੇ ਪੈਰਾਗ੍ਰਾਫ ਨਿਊਜ਼ਪੇਪਰ 'ਚੋਂ ਦੇਖ ਕੇ ਤੁਸੀਂ ਵਰਡ ਦੇ ਵਿੱਚ ਟਾਈਪ ਹੈ ਜਿਹੜਾ ਕਰਨਾ ਹੈਗਾ। ਸਿਮਿਲਰ ਸਿਨੈਰੀਓ ਤੁਸੀਂ ਫੋਲੋ ਅਪ ਕਰਨਾ ਹੈਗਾ ਇੰਗਲਿਸ਼ ਦੇ ਲਈ ਕਿ ਕਰੰਟ ਦੇ ਹੀ ਪੈਰਾਗ੍ਰਾਫ ਤੁਸੀਂ ਵਰਡ ਦੇ ਵਿੱਚ ਕੀ ਕਰਨੇ ਹੈਗੇ ਆ, ਟਾਈਪ ਕਰਨੇ ਹੈਗੇ ਆ। ਆਪਣੇ ਦਿਨ ਦੇ 3 ਤੋਂ 4 ਘੰਟੇ ਤੁਸੀਂ ਵਰਡ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਬਾਅਦ ਆਪਣਾ ਇੱਕ ਪੋਰਟਲ ਹੈਗਾ ਜਿਹਦਾ ਨਾਮ ਹੈਗਾ ਪੰਜਾਬ ਐਗਜ਼ਾਮ ਪੋਰਟਲ। ਪੰਜਾਬ ਐਗਜ਼ਾਮ ਪੋਰਟਲ ਦੇ ਵਿੱਚ ਬਹੁਤ ਸਾਰੇ ਪੈਰਾਗ੍ਰਾਫ ਤੁਹਾਨੂੰ ਦਿੱਤੇ ਹੋਏ ਹੈਗੇ ਨੇ, ਪੰਜਾਬੀ ਦੇ ਅਲੱਗ ਨੇ, ਇੰਗਲਿਸ਼ ਦੇ ਅਲੱਗ ਹੈਗੇ ਨੇ। ਚੰਕ ਵਾਈਜ਼ 10 ਮਿੰਟ ਦਾ ਟਾਈਮਰ ਆਟੋਮੈਟਿਕ ਉੱਥੇ ਸੈਟਲ ਹੁੰਦਾ ਹੈਗਾ। ਜਿੱਦਾਂ ਦਾ ਇੰਟਰਫੇਸ ਪੰਜਾਬ ਐਗਜ਼ਾਮ ਪੋਰਟਲ ਦੇ ਵਿੱਚ ਹੈਗਾ, ਉੱਦਾਂ ਦਾ ਹੀ ਇੰਟਰਫੇਸ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ। ਸੇਮ ਪੈਟਰਨ ਦੇ ਉੱਪਰ ਹੀ ਉਹ ਇੰਟਰਫੇਸ ਹੈ ਜਿਹੜਾ ਬਣਾਇਆ ਗਿਆ ਹੈਗਾ। ਮਤਲਬ 10 ਮਿੰਟ ਦਾ ਜਿਹੜਾ ਤੁਸੀਂ ਚੰਕ ਪ੍ਰੈਕਟਿਸ ਕਰਨੀ ਹੈਗੀ ਉਹ ਪੰਜਾਬ ਐਗਜ਼ਾਮ ਪੋਰਟਲ ਤੋਂ ਕਰਨੀ ਹੈਗੀ ਹੈ, ਪਰ ਵਰਡ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਬਾਅਦ। ਅਗਰ ਤੁਸੀਂ ਜਦੋਂ 10 ਮਿੰਟ ਦਾ ਪੈਰਾਗ੍ਰਾਫ ਤੁਸੀਂ ਲਗਾ ਰਹੇ ਹੈਗੇ ਹੋ ਚੰਕ, ਤਾਂ ਉਸ ਟਾਈਮ ਦੇ ਵਿੱਚ ਤੁਸੀਂ ਬਿਲਕੁਲ ਵੀ ਥੱਕੇ ਨਹੀਂ ਹੋਣੇ ਚਾਹੀਦੇ। ਮਤਲਬ 3 ਤੋਂ 4 ਘੰਟੇ ਵਰਡ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਬਾਅਦ, ਇੱਕ ਪ੍ਰੋਪਰ ਰੈਸਟ ਲੈਣ ਤੋਂ ਬਾਅਦ, ਤੁਸੀਂ ਪੰਜਾਬ ਐਗਜ਼ਾਮ ਪੋਰਟਲ ਦੇ ਉੱਪਰ ਇੱਕ ਜਾ ਕੇ ਸੀਰੀਅਸ ਮੋਡ ਦੇ ਵਿੱਚ ਟੈਸਟ ਦੇਣਾ ਹੈਗਾ, ਜਿਹਦੇ ਨਾਲ ਤੁਹਾਡੀ ਪਰਫੋਰਮੈਂਸ ਹੈ ਚੈੱਕ ਹੋਏਗੀ। ਇੱਦਾਂ ਹੀ ਤੁਸੀਂ ਇੰਗਲਿਸ਼ ਲਈ ਫੋਲੋ ਅਪ ਕਰਨਾ ਹੈਗਾ, ਸੇਮ ਚੀਜ਼ ਤੁਸੀਂ ਪੰਜਾਬੀ ਲਈ ਫੋਲੋ ਅਪ ਕਰਨੀ ਹੈਗੀ। ਜ਼ਿਆਦਾਤਰ ਜਿਹੜੀ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈਗੀ ਉਹ ਪੰਜਾਬੀ ਦੇ ਵਿੱਚ ਹੀ ਆਉਂਦੀ ਹੈਗੀ ਹੈ, ਇੰਗਲਿਸ਼ ਦੇ ਵਿੱਚ ਸਾਰੇ ਸਟੂਡੈਂਟ ਆਲਮੋਸਟ ਕੁਆਲੀਫਾਈ ਕਰ ਹੀ ਲੈਂਦੇ ਹੈਗੇ ਨੇ। ਤਾਂ ਹੁਣ ਦੂਸਰੀ ਗੱਲ ਆਉਂਦੀ ਹੈਗੀ ਆਪਣੇ ਸਪੈਸ਼ਲ ਸਿੰਬਲ ਦੀ, ਜਿਹੜੇ ਕਿ ਪੰਜਾਬੀ ਦੇ ਵਿੱਚ ਦਿੱਤੇ ਹੁੰਦੇ ਆ। ਤਾਂ ਪੰਜਾਬੀ ਦੇ ਜਿਹੜੇ ਜਿੰਨੇ ਵੀ ਸਪੈਸ਼ਲ ਸਿੰਬਲ ਨੇ, ਗੂਗਲ ਤੇ ਸਰਚ ਕਰੋ ਕਿ ਆਪਣਾ ਜਿਹੜਾ ਰਾਵੀ ਫੌਂਟ ਦੇ ਸਪੈਸ਼ਲ ਸਿੰਬਲ ਨੇ, ਉਹਦਾ ਤੁਹਾਨੂੰ ਇੱਕ ਚਾਰਟ ਮਿਲ ਜਾਏਗਾ, ਉਹਨੂੰ ਉੱਥੋਂ ਡਾਊਨਲੋਡ ਕਰੋ, ਉਹਦਾ ਇੱਕ ਪ੍ਰਿੰਟ ਕੱਢੋ, ਔਰ ਵਰਡ ਦੇ ਵਿੱਚ ਉਹਨਾਂ ਦੀ ਵੀ ਪ੍ਰੈਕਟਿਸ ਕਰਨੀ ਤੁਸੀਂ ਨਾਲ ਨਾਲ ਹੀ ਸ਼ੁਰੂ ਕਰ ਦਿਓ। ਜਿੱਦਾਂ ਲਾਈਕ 0, 1, 4, 5, ਠੀਕ ਹੈ, ਨੋਮੈਰੀਕਲ ਕੀਜ਼ ਤੋਂ ਹੀ ਯੂਜ਼ ਕਰੋ, ਨਾ ਕਿ ਉੱਪਰ ਵਾਲੀਆਂ ਕੀਜ਼ ਤੋਂ ਤੁਸੀਂ ਯੂਜ਼ ਕਰਨਾ ਹੈਗਾ। ਤਾਂ ਇੱਦਾਂ ਕਰਕੇ ਸਾਰੇ ਸਿੰਬਲਸ ਦੀ ਵੀ ਤੁਸੀਂ ਪ੍ਰੈਕਟਿਸ ਕਰਨੀ ਹੈਗੀ ਹੈ। ਕਰੰਟ ਜੋ ਸਿਨੈਰੀਓ ਚੱਲ ਰਿਹਾ ਹੈਗਾ, ਬਰਨਿੰਗ
ਇਸ਼ੂਜ਼ ਨੇ ਉਹਨਾਂ ਦੀ ਤੁਸੀਂ ਪਹਿਲਾਂ ਵਰਡ ਦੇ ਵਿੱਚ ਪ੍ਰੈਕਟਿਸ ਕਰਨੀ ਹੈਗੀ ਹੈ, ਆਫਟਰ ਦੈਟ ਪੰਜਾਬ ਐਗਜ਼ਾਮ ਪੋਰਟਲ ਦੇ ਉੱਪਰ ਤੁਸੀਂ ਪ੍ਰੈਕਟਿਸ ਹੈ ਜਿਹੜੀ ਕਰਨੀ ਹੈਗੀ ਹੈ, ਠੀਕ ਹੈ। ਤਾਂ ਇਸ ਤੋਂ ਬਿਨਾਂ ਹੋਰ ਇੱਕ ਚੀਜ਼ ਮੈਂ ਜ਼ਰੂਰ ਕਹਾਂਗੀ, ਜਿੰਨੇ ਵੀ ਸਟੂਡੈਂਟ ਹੈਗੇ ਨੇ ਜਿਨ੍ਹਾਂ ਦੇ ਅੱਛੇ ਮਾਰਕਸ ਨਾਲ ਅੱਜ ਪੇਪਰ ਹੈ ਕੁਆਲੀਫਾਈ ਹੈਗਾ, ਜਿਨ੍ਹਾਂ ਨੇ ਸੈਕਿੰਡ ਸਟੇਜ ਵੀ ਦੇਣੀ ਹੈਗੀ ਹੈ, ਤਾਂ ਹੋਪਫੁਲੀ ਟਾਈਪਿੰਗ ਟੈਸਟ ਲਈ ਜ਼ਿਆਦਾ ਟਾਈਮ ਨਹੀਂ ਮਿਲੇਗਾ ਆਪਾਂ ਨੂੰ, 20 ਤੋਂ 25 ਦਿਨ ਆਪਾਂ ਐਕਸਪੈਕਟ ਕਰਕੇ ਚੱਲ ਸਕਦੇ ਹੈਗੇ ਹਾਂ। ਤਾਂ ਇਹਨਾਂ 20 ਤੋਂ 25 ਦਿਨ ਦੇ ਵਿੱਚ ਤੁਸੀਂ ਆਪਣੇ ਆਪ ਦਾ ਪੂਰਾ ਧਿਆਨ ਹੈ ਜਿਹੜਾ ਰੱਖਣਾ ਹੈਗਾ, ਸਪੈਸ਼ਲੀ ਆਪਣੇ ਹੈਂਡਸ ਦਾ, ਠੀਕ ਹੈ ਜੀ। ਆਪਣੇ ਹੱਥਾਂ ਦੇ ਉੱਪਰ ਕਿਸੇ ਵੀ ਤਰੀਕੇ ਦੀ ਸੱਟ ਵਗੈਰਾ ਜਾਂ ਇੰਜਰੀ ਤੁਸੀਂ ਨਹੀਂ ਹੋਣ ਦੇਣੀ ਹੈਗੀ, ਸਪੈਸ਼ਲੀ ਉਹਨਾਂ ਗਰਲਸ ਨੂੰ ਜੋ ਕਿਚਨ ਵਗੈਰਾ ਦੇ ਵਿੱਚ ਕੰਮ ਹੈ ਜਿਹੜਾ ਕਰਦੀਆਂ ਹੈਗੀਆਂ ਨੇ। ਤਾਂ ਅਗਰ ਤੁਹਾਡੀ ਇੱਕ ਵੀ ਫਿੰਗਰ ਡੈਮੇਜ ਹੁੰਦੀ ਹੈਗੀ ਹੈ, ਤਾਂ ਉਹਦੇ ਨਾਲ ਤੁਹਾਡੀ ਟਾਈਪਿੰਗ ਦੇ ਉੱਪਰ ਕੀ ਹੋਏਗਾ, ਇੱਕ ਇੰਪੈਕਟ ਪਏਗਾ, ਜਿਹਦੇ ਨਾਲ ਤੁਸੀਂ ਇਹ ਕਹਿ ਲਓ ਕਿ ਤੁਹਾਡਾ ਇੱਕ ਗੋਲਡਨ ਚਾਂਸ ਹੈ ਜਿਹੜਾ ਉਹ ਮਿਸ ਹੋ ਸਕਦਾ ਹੈਗਾ, ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਦੀ ਤੁਸੀਂ ਧਿਆਨ ਹੈ ਜਿਹੜਾ ਉਹ ਰੱਖਣਾ ਹੈਗਾ। ਅਗਰ ਫਿਰ ਵੀ ਤੁਹਾਡਾ ਕੋਈ ਡਾਊਟ ਹੈਗਾ ਟਾਈਪਿੰਗ ਦੇ ਰਿਗਾਰਡਿੰਗ, ਤਾਂ ਕੰਟੈਕਟ ਨੰਬਰ ਨੀਚੇ ਦਿੱਤਾ ਹੋਇਆ, ਤੁਸੀਂ ਉਹਦੇ ਉੱਪਰ ਕਾਲ ਕਰਕੇ ਸਾਡੇ ਤੋਂ ਪੁੱਛ ਸਕਦੇ ਹੈਗੇ, ਠੀਕ ਹੈ ਜੀ। ਓਕੇ ਜੀ, ਫਿਰ ਬੈਸਟ ਆਫ ਲੱਕ ਸਾਰਿਆਂ ਨੂੰ, ਥੈਂਕ ਯੂ।